ਕੀ ਹਾਲ ਚਾਲ ਸਾਰਿਆਂ ਠੀਕ ਠਾਕ ਹੋ। ਅੱਜ ਅਸੀਂ ਤੇਰਮ ਤੋਂ ਆਏ ਹਾਂ ਬ੍ਰੇਸ਼ੀਆ ਘੁੰਮਣ ਵਾਸਤੇ, ਸੁੰਦਰ ਦੇ ਅਜਮੇਰ ਦੀ ਧੀ ਉਹਨਾਂ ਨੂੰ ਮਾਮੇ ਨੂੰ ਮਿਲਣ ਵਾਸਤੇ ਇੰਡੀਆ ਤੋਂ ਆਏ ਆ ਤੇ ਅਜਮੇਰ। ਸਤਿ ਸ਼੍ਰੀ ਅਕਾਲ ਹੈਲੋ ਆ ਮਮੀ ਡੋਲੇ ਆ ਮੈਨੂੰ ਸਿਮਰ, ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਰੀਤ ਐ ਸਾਡੀ ਭੇਡੋ ਰੀਤ, ਸਤਿ ਸ਼੍ਰੀ ਅਕਾਲ ਕਹਿ, ਸਤਿ ਸ਼੍ਰੀ ਅਕਾਲ ਠੀਕ ਆ। ਘਰ ਬੈਠੇ ਤੇ ਹੁਣ ਚੱਲੇ ਅਸੀਂ ਸ਼ਹਿਰ ਤੇਰਮ ਤੋਂ ਬ੍ਰੇਸ਼ੀਆ ਵਾਲੇ ਪਾਸੇ ਨੂੰ ਜਾਣਾ ਹੋਣਾ ਜੀ। ਪਿੰਡ ਦਾ ਪਹਾੜੀ ਇਲਾਕਾ ਬਹੁਤ ਸੁੰਦਰ, ਤੁਹਾਨੂੰ ਦਿਖਾਉਂਦੇ ਉੱਪਰ ਜਾ ਕੇ ਬਾਹਰ। ਤਿਆਰ ਹੁੰਦੇ ਪਏ ਸਾਰੇ, ਕੀ ਕਰਦੇ ਆ, ਕੀ ਹੋਇਆ? ਦੇ ਦੋ ਤੂੰ ਵੀਰੇ, ਦੇ ਦੇ ਅਜਮੇਰ ਨੂੰ, ਕਹਿ ਤੂੰ ਦੇ ਦੋ, ਚੱਲ ਦੇ ਦੇ। ਫੈਕਟਰੀ ਵਾਲਾ ਇਲਾਕਾ, ਪਹਾੜੀ ਇਲਾਕਾ, ਬਹੁਤ ਬੱਦਲਾਂ 'ਚ ਲੁਕਿਆ ਅਤੇ ਨਿੱਕੇ, ਬਾਕੀ ਪਿੰਡ ਨਿੱਕਿਆ ਜਿਹਾ ਪਿੰਡ ਵਿੱਚ ਘਰ, ਬਹੁਤ ਸੋਹਣੇ ਸੋਹਣੇ ਘਰ ਬਣੇ ਹੋਏ ਆ, ਵਿੱਚ ਫੈਕਟਰੀਆਂ ਵੀ ਆ। ਘਰੇ ਗਮਲਿਆਂ 'ਚ ਸਮਾਨ ਲਾਇਆ, ਤਿਆਰ ਆ ਸਾਰੇ। ਆ ਕੌਣ ਆ, ਆ ਕੌਣ ਹੋਈ ਆ? ਪ੍ਰੀਤ ਕਿੱਥੇ ਚੱਲੀ ਅੱਜ? ਪ੍ਰੀਤ ਕਿੱਥੇ ਚੱਲੀ ਆ? ਘੁੰਮੀ ਕਰਨ ਚੱਲੇ ਬਾਹਰ, ਤੇਰੀ ਯੂਟਿਊਬ 'ਤੇ ਚੜ੍ਹਨੀ ਹੈ ਠੀਕ ਆ। ਬਹੁਤ ਸੋਹਣਾ ਦ੍ਰਿਸ਼, ਧੁੱਪ ਚੜ੍ਹੀ ਆ, ਮੀਂਹ ਕੁਛ ਮੀਂਹ ਵਾਜ ਪਹਿਲਾਂ ਹੋਇਆ ਸੀਗਾ, ਲਾਗੇ ਪਾਣੀ ਚੱਲਦਾ। ਪਾਣੀ ਚੱਲਦਾ ਪੁਲ, ਬਹੁਤ ਸੋਹਣਾ ਪਿੰਡ ਦਾ ਨਜ਼ਾਰਾ, ਬਹੁਤ ਸੋਹਣਾ ਹੋਇਆ, ਇੱਕ ਪਹਾੜੀ 'ਤੇ ਵਸਿਆ ਹੋਇਆ ਵਾ ਕੁਦਰਤੀ। ਕੀ ਆ, ਕਿੱਦਾਂ ਆ ਗਏ ਸਾਰੇ? ਇੱਥੇ ਖੜੇ ਹੋ ਜੋ ਸਿਮਰ, ਅਜਮੇਰ ਸਿਮਰ, ਦੋਨੇ ਚੀਜ਼ਾਂ ਲਓ ਜੀ, ਤੁਹਾਨੂੰ ਦਿਖਾਉਂਦੇ ਅੰਦਰ। ਬਹੁਤ ਵੱਡੀ ਮਾਰਕੀਟ, ਬਹੁਤ ਜ਼ਿਆਦੀਆਂ ਦੁਕਾਨਾਂ ਅੰਦਰ, ਠੀਕ ਕੀ ਆ। ਚਲੋ ਭੇਡੋ, ਇੱਧਰ ਨੂੰ ਆ ਜਾਓ, ਅੰਦਰ ਹੋ ਜਾਓ। ਚਲੋ ਜੀ, ਐਂਟਰੀ ਕਰ ਲਈ ਆ ਜੀ। ਅਜਮੇਰ ਆ ਜਾ ਇੱਥੇ, ਕਾਸਾਨੋਵਾ ਅਜਮੇਰ ਇੱਧਰ ਆ ਜਾ। ਅੱਜ ਭੇਡੋ ਨਾਲ ਘੁਮਾਉਣ ਆਏ ਆ, ਨਾਲ ਮਿਲਣ ਆਏ ਆ। ਪਤਾ ਇੱਧਰ ਬੜਾ ਚਿਰ ਬਾਅਦ, ਸਾਲ ਬਾਅਦ ਫਿਰ ਆਏ ਦੁਬਾਰਾ, ਸਾਲ ਹੋ ਗਿਆ ਰਾਜੇ ਆਪਾਂ ਨੂੰ ਨਾ ਇੱਥੇ, ਸਾਲ ਬਾਅਦ ਆਏ ਦੁਬਾਰਾ। ਨਜ਼ਾਰਾ ਚਲੋ, ਉੱਥੇ ਚੱਲ ਜਾਓ, ਆ ਜਾਓ ਆ ਜਾਓ ਆ ਜਾਓ ਆ ਜਾਓ। ਅਜਮੇਰ ਬਹੁਤ ਜਿੱਦ ਕਰਦਾ, ਇਕੱਠਿਆਂ ਨੇ ਜਾਣਾ ਟਿੱਡੋ ਦੇ ਨਾਲ। ਪ੍ਰੀਤ ਅੱਜ ਇਹਨੂੰ ਘੁੰਮਣਾ, ਅੱਜ ਵੀਡੀਓ 'ਚ ਤੁਸੀਂ ਇਹਨੂੰ ਜ਼ਿਆਦਾ ਦੇਖੋਗੇ। ਹੱਥ ਦੇ ਲੈਣਾ ਵਿੱਚ ਤੋਂ, ਇੱਦਾਂ ਦੀ ਹੋ ਜਾਓ।
ਭੇਡੋ ਇੱਧਰ ਭਾਂਤ ਭਾਂਤ ਦੀਆਂ ਦੁਕਾਨਾਂ ਹਰੇਕ ਤਰ੍ਹਾਂ ਦੀ ਚੀਜ਼ ਤੁਸੀਂ ਇੱਥੋਂ ਲੈ ਸਕਦੇ ਹੋ, ਕੱਪੜੇ ਤੋਂ ਲੈ ਕੇ ਰਸੋਈ ਦਾ ਸਮਾਨ ਘਰ ਦਾ ਸਮਾਨ। ਜੇ HM ਦੀ ਮਾਰਕੀਟ ਕੱਪੜਿਆਂ ਵਾਲੀ ਬਹੁਤ ਵਧੀਆ ਵਧੀਆ ਮਾਰਕ ਆ, ਬ੍ਰੈਂਡ ਦੇ ਕੱਪੜੇ ਵਧੀਆ ਵਧੀਆ ਬ੍ਰੈਂਡਡ ਮਿਲ ਜਾਂਦਾ ਸਾਰਾ ਕੁਛ ਇੱਥੋਂ, ਬ੍ਰੇਸ਼ੀਆ ਦੇ ਵਿੱਚ ਪੈਂਦੀ ਆ। ਆਏ ਤੁਹਾਨੂੰ ਇੱਕ ਸੂਰਜ ਦਾ ਰੂਪ ਦਿਖਾਈਏ, ਇੱਕ ਸੂਰਜ ਇਹਨਾਂ ਨੇ ਰੱਖਿਆ ਹੋਇਆ ਵਾ, ਕਿੰਨਾ ਲਾਲ ਦਿਖਾਇਆ ਹੋਇਆ। ਰੱਬ ਦੇ ਉਹਨਾਂ ਨੂੰ ਸਮਾਨ ਲੈਂਦੇ ਪਏ ਸੀ ਤਾਂ ਦੇਖੋ ਲੈ ਸ਼ੋਪਿੰਗ ਕਰਕੇ ਰੱਖੇ ਆ, ਗੱਡੀ 'ਚ ਚੱਲੇ ਹੁਣ ਰੱਖਣ ਅਤੇ ਬਾਕੀ ਫਿਰ ਹੋਰ ਬਾਕੀ ਸ਼ੋਪਿੰਗ ਜਿਹੜੀ ਕਰਨੀ ਆ ਬਾਅਦ ਵਿੱਚ ਹੋਰ ਪਾਸੇ ਜਾਂਦੇ ਹਾਂ, ਕਿਉਂਕਿ ਸਮਾਨ ਜ਼ਿਆਦਾ ਹੋ ਜਾਂਦਾ ਨਿਆਣਿਆਂ ਨਾਲ ਔਖਾ ਹੁੰਦਾ ਫਿਰ, ਇਸ ਕਰਕੇ ਮੈਂ ਗੱਡੀ 'ਚ ਰੱਖ ਕੇ ਅਤੇ ਦੁਬਾਰਾ ਫਿਰ ਉਹਨਾਂ ਨੂੰ ਹੋਰ ਪਾਸੇ ਦਿਖਾਉਂਦੇ ਹਾਂ ਫਿਰ।